ਮੈਂ ਤਾਂ ਇੱਥੇ ਪਿਆਰ ਹੋ ਗਿਆ ਜੀ, ਬਸ ਮੈਂ ਤਾਂ ਇੱਥੇ ਕਿਤੇ ਨਹੀਂ ਜਾਣਾ ਹੈਗਾ, ਬਸ ਨਾ ਮੈਂ ਰੋਟੀ ਖਾਵਾਂ ਨਾ ਭੁੱਖਾ ਪਾਣਾ, ਮੈਂ ਇੱਥੇ ਪਿਆਰ ਰਹੂੰਗਾ, ਨਾ ਪਾਣੀ ਪੀਊਂਗਾ, ਇੱਥੇ ਪਿਆਰ ਰਹਿਣਾ ਮੈਂ, ਕਿਤੇ ਨਹੀਂ ਮੈਂ ਜਾਣਾ, ਆਪਦੇ ਘਰ ਨੂੰ ਮੈਂ ਕਿਤੇ ਨਹੀਂ ਛੱਡ ਕੇ ਜਾ ਸਕਦਾ, ਇਹ ਹੀ ਮੇਰਾ ਪਿਆਰ ਨਾਲ ਬਣਾਇਆ ਹੋਇਆ ਸੀ ਅਤੇ ਇਸ ਕਰਕੇ ਮੈਂ ਇਹਨੂੰ ਛੱਡ ਨਹੀਂ ਸਕਦਾ, ਮੈਂ ਇੱਥੇ ਪਿਆਰ ਰਹੂੰਗਾ, ਹਾਏ ਬਈ ਮੈਂ ਇੱਥੋਂ ਨਹੀਂ ਉੱਠ ਸਕਦਾ, ਮੈਂ ਆਪਦੇ ਮਲਬੇ 'ਤੇ ਇੱਥੇ ਮੈਂ ਪਿਆ, ਮੈਂ ਨਹੀਂ ਕਿਤੇ ਵੀ ਜਾ ਸਕਦਾ, ਨਾ ਮੈਂ ਜਾਵਾਂ, ਇੱਥੇ ਪਿਆ ਰਹੂੰਗਾ, ਚਾਹੇ ਮੇਰੀ ਜਾਨ ਚਲੀ ਜਾਵੇ, ਫਿਰ ਬਾਅਦ 'ਚ ਚਾਹੇ ਕੋਈ ਮਦਦ ਕਰੇ ਨਾ ਕਰੇ, ਕੋਈ ਉਹ ਨਹੀਂ, ਮੈਨੂੰ ਫਰਕ ਪੈਣਾ, ਜੋ ਮਰੇ ਹੀ ਗਿਆ ਬੰਦਾ ਫਿਰ ਉਹਦਾ ਕੀ ਫਾਇਦਾ ਮਦਦ ਕਰੀਦਾ, ਮਲਬੇ ਦਾ ਮੇਰਾ ਘਰ ਢਹਿ ਗਿਆ ਜੀ, ਤਾਂ ਮੈਂ ਕੀ ਕਰਾਂ ਹੁਣ, ਮੈਂ ਇਹਦਾ ਕੋਈ ਨਹੀਂ ਹੈਗਾ ਹੁਣ, ਕਿਵੇਂ 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 ਗਿਰੀ ਛੱਤ ਤੁਹਾਡੇ ਘਰ ਦੀ? ਸਾਡੇ ਘਰ ਦੀ ਛੱਤ ਜਨਮਾਸ਼ਟਮੀ ਵਾਲੇ ਮੀਂਹ ਪੈ ਗਿਆ ਜੀ, ਅਤੇ ਅੱਧੀ ਰਾਤ ਨੂੰ ਛੱਤ ਗਿਰ ਗਈ ਅਤੇ ਅਸੀਂ ਬਚ ਗਏ, ਅਤੇ ਸਾਡੀ ਨੁਕਸਾਨ ਹੋ ਜਾਣਾ ਸੀ, ਲੱਤ ਬਾਂਹ ਟੁੱਟ ਜਾਂਦੀ ਕਿਸੇ ਦੀ ਤਾਂ ਮੈਂ ਕਿੱਥੇ ਜਾਂਦਾ, ਠੀਕ ਹੈ, ਕਿਸੇ ਰਿਸ਼ਤੇਦਾਰ ਨੇ ਕਿਸੇ ਕਿਸੇ ਰਿਸ਼ਤੇਦਾਰ ਨੇ ਨਹੀਂ ਮੇਰੀ ਮਦਦ ਕੀਤੀ, ਕਿਸੇ ਹੋਰ ਨੇ ਨਹੀਂ ਕਰੀ, ਸਭ ਨੂੰ MC ਨੂੰ ਵੀ ਮੈਂ ਗੁਹਾਰਾਂ ਲਗਾਈਆਂ? ਗੁਹਾਰਾਂ ਲਾਈਆਂ, ਉਹਨੇ ਵੀ ਜਵਾਬ ਦੇ ਦਿੱਤਾ, ਅਤੇ ਠੀਕ ਹੈ ਹੁਣ ਲੋਕੋ ਹੁਣ ਦੱਸੋ ਮੈਂ ਕੀ ਕਰ ਸਕਦਾ, ਠੀਕ ਹੈ। ਸੋ ਤੁਸੀਂ ਕਮਾਈ ਦਾ ਸਾਧਨ ਕੀ ਹੈ ਤੁਹਾਡਾ, ਤੁਸੀਂ ਕੀ ਕੰਮ ਕਾਜ ਕਰਦੇ ਹੋ ਤੁਸੀਂ? ਅਸੀਂ ਮੈਂ ਕਰਦਾ ਜੀ ਦਿਹਾੜੀ ਦਾ, ਦਿਹਾੜੀ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਵੀ ਕਿੰਨੀ ਕੁ ਦਿਹਾੜੀ ਹੁੰਦੀ ਆ ਜੀ, ਕਦੇ ਕੰਮ ਮਿਲ ਗਿਆ ਕਦੇ ਨਹੀਂ ਮਿਲ ਗਿਆ ਜੀ, ਅਤੇ ਤੁਸੀਂ ਮੈਂ ਖੁਦ ਘਰ ਦੀ ਛੱਤ ਪਾਉਣ ਲਈ ਸਮਰੱਥ ਨਹੀਂ ਹੈਗੇ? ਛੱਤ ਨਹੀਂ ਪੈ ਸਕਦੀ ਵੀਰ ਜੀ, ਨਹੀਂ। ਤੁਹਾਡੀ ਸਿਹਤ ਸੰਬੰਧੀ ਤੁਹਾਨੂੰ ਸਮੱਸਿਆਵਾਂ ਵੀ ਨੇ ਕੁਝ, ਕੀ ਗੱਲ ਹਾਂ ਹੋ ਗਈ? ਜੀ, ਮੈਨੂੰ ਤਿੰਨ ਹਾਰਟ ਦੀ ਪ੍ਰੋਬਲਮ ਹੈ, ਤਿੰਨ ਹਾਰਟ ਹੋ ਗਈ, ਅਤੇ ਘਰ ਦੇ ਹੈਗੇ ਜੀ ਬਿਮਾਰ, ਘਰ ਦੇ ਵੀ ਸਾਹ ਦੀ ਬਿਮਾਰੀ ਆ ਜੀ, ਉਹਨਾਂ ਨੂੰ ਉਹ ਨਹੀਂ ਕਰ ਸਕਦੇ ਤੁਹਾਨੂੰ ਕੁਛ, ਇੰਨੀ ਬਿਮਾਰੀ ਹੈ, ਤੁਸੀਂ ਹਾਰਟ ਦੇ ਪੇਸ਼ੈਂਟ ਹੋ, ਤੁਸੀਂ ਇਵੇਂ ਮਲਬੇ ਤੇ ਦੀ ਕਿਉਂ ਪਿਓ ਫਿਰ ਤੁਸੀਂ? ਮਲਬੇ ਤੇ ਤਾਂ ਹੀ ਪਊਂਗਾ ਜੀ, ਜੇ ਕੋਈ ਕਿਸੇ ਪਾਸੋਂ ਹੈਲਪ ਨਹੀਂ ਮਿਲਦੀ ਹੈਗੀ ਤੇ ਮੇਰਾ ਮਸਾਂ ਘਰ ਪਿਆ ਦੀਗਾ, ਉਦੋਂ ਪਰ ਤੁਹਾਡੀ ਸਿਹਤ ਵੀ ਖਰਾਬ ਹੋ ਸਕਦੀ ਹੈ ਹੁਣ। ਸਿਹਤ ਖਰਾਬ ਹੋ ਸਕਦੀ ਹੈ ਜੀ, ਹੁਣ ਮੈਂ ਕੀ ਕਰਾਂ, ਇੱਥੇ ਪਿਆ, ਬਸ ਇੱਥੇ ਪਿਆ ਰਹੂੰਗਾ ਮੈਂ। ਕੀ 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 ਤੁਸੀਂ ਗੁਹਾਰ ਕੀ ਲਗਾਉਣਾ ਚਾਹੁੰਦੇ, ਤੁਸੀਂ ਮਦਦ ਲਈ ਕਹੋਗੇ ਕੁਛ? ਮਦਦ ਇਹ ਵੀ ਤੇ ਕਰ ਸਕਦੇ ਹੋ ਤੁਸੀਂ, ਕਰ ਦਿਓ ਜਿੰਨੀ ਕੁ ਹੁੰਦੀ ਹੈ ਤੁਹਾਡੇ ਤੋਂ, ਅਤੇ ਨਹੀਂ ਤਾਂ ਫਿਰ ਮੇਰੀ ਇੱਥੇ ਹੀ ਨੰਬਰ, ਆਪਦਾ ਨੰਬਰ ਸ਼ੇਅਰ ਕਰੋ। ਨੰਬਰ ਮੇਰਾ ਹੈਗਾ 97 810 61 728।